ਜੰਮੂ ਕਸ਼ਮੀਰ ਸਾਲਵੇਸ਼ਨ ਮੂਵਮੈਂਟ ਦੇ ਮੁਖੀ ਜਨਾਬ ਜਫਰ ਅਕਬਰ ਭੱਟ ਸਾਡੇ ਨਾਲ ਨੇ। ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਹਾੜੇ ਉੱਤੇ ਫਤਿਹਗੜ੍ਹ ਸਾਹਿਬ ਪਹੁੰਚੇ। ਆਦਾਬ ਭਾਈ ਸਾਹਿਬ, ਅੱਜ ਤੁਸੀਂ ਇੱਥੇ ਪਹੁੰਚੇ ਆਪ ਸੰਤ ਜਰਨੈਲ ਸਿੰਘ ਜੀ ਕੇ ਜਨਮ ਦਿਨ ਪਰ ਜਾਂ ਪਰ ਆਏ, ਤੋ ਆਪਣੇ ਵਿਊ ਜ਼ਰੂਰ ਦੇ ਉਨਕੇ ਬਾਰੇ ਮੈਂ। ਜੀ ਆਦਾਬ, ਮੁਝੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਮੈਂ ਸੰਤ ਜਰਨੈਲ ਸਿੰਘ ਸਾਹਿਬ ਜਿਨ੍ਹਾਂ ਆਪ ਕੁਰਬਾਨੀਆਂ ਪੇਸ਼ ਕੀ ਹੈ ਜੀ, ਔਰ ਉਨਕੇ ਜਨਮ ਦਿਨ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਜਿਸਕੇ ਪ੍ਰਧਾਨ ਹੈ ਹਮਾਰੇ ਸਿਮਰਨਜੀਤ ਸਿੰਘ ਮਾਨ ਸਾਹਿਬ, ਉਹਨੇ ਮਧੂ ਕਿਹਾ ਥਾ, ਦਾਵਤ ਦੀ ਥੀ, ਔਰ ਬੜਾ ਮੁਝੇ ਬੜਾ ਅੱਛਾ ਲੱਗ ਰਿਹਾ ਹੈ ਕਿ ਇਤਨੇ ਅਜ਼ੀਮ ਇਨਸਾਨ ਜਿਸਨੇ ਸਰਦਾਰੋਂ, ਜਿਸਨੇ ਸਿੱਖੋਂ, ਜਿਸਨੇ ਕੌਮ ਕੇ ਲਈ ਇਤਨੀ ਕੁਰਬਾਨੀ ਦੀ ਹੋ, ਤੋ ਉਸਕੇ ਜਨਮ ਦਿਨ ਪਰ ਮੁਝੇ ਬੜੀ ਖੁਸ਼ੀ ਹੋ ਰਹੀ ਹੈ ਕਿ ਐਸੇ ਲੋਕ, ਐਸੇ ਲੀਡਰ ਜੋ ਕੌਮ ਕੇ ਲਈ, ਜੋ ਹੱਕ ਕੇ ਲਈ, ਜੋ ਸੱਚਾਈ ਕੇ ਲਈ ਲੜਤੇ ਹੈ, ਜੋ ਆਜ਼ਾਦੀ ਕੇ ਲਈ ਲੜਤੇ ਹੈ, ਹਮ ਉਨਕੋ ਟ੍ਰਿਬਿਊਟਸ ਪੇਸ਼ ਕਰਤੇ ਹੈ, ਕਿਉਂਕਿ ਬਜ਼ਾਤੀ ਖੁਦ ਕਸ਼ਮੀਰੀ ਕੌਮ ਇਸ ਵਕਤ ਆਜ਼ਾਦੀ ਕੀ ਜਦੋਜਹਿਦ ਮੇਂ ਮਸਰੂਫ ਹੈ, ਔਰ ਕੁਰਬਾਨੀਓਂ ਕੇ ਬਗੈਰ ਆਜ਼ਾਦੀ ਮੁਮਕਿਨ ਨਹੀਂ ਹੈ। ਇਸ ਲਈ ਜਹਾਂ ਵੀ ਆਪ ਆਜ਼ਾਦੀ ਚਾਹਤੇ ਹੈ, ਆਪ ਫ੍ਰੀਡਮ ਚਾਹਤੇ ਹੈ, ਵਹਾਂ ਆਪਕੋ ਕੁਰਬਾਨੀ ਦੇਣੀ ਪੜੇਗੀ, ਤੋ ਕੁਰਬਾਨੀ ਮਸਟ ਹੈ, ਔਰ ਸੁਪਰੀਮ ਸੈਕਰੀਫਾਈਸ ਜੋ ਪੇਸ਼ ਕੀ ਹੈ ਯਹਾਂ ਸੰਤ ਜਰਨੈਲ ਸਿੰਘ ਸਾਹਿਬ ਨੇ, ਔਰ ਪੂਰੇ ਪੰਜਾਬ ਕੇ ਜਿਨ੍ਹੋਂਨੇ ਮਾਰਟੀਅਰਸ ਨੇ, ਔਰ ਇਹ ਕੁਰਬਾਨੀਆਂ ਔਰ ਕਸ਼ਮੀਰ ਕੇ ਅੰਦਰ ਜੋ ਕੁਰਬਾਨੀਆਂ ਉਹ ਦੇ ਰਹੇ ਹੈ ਇਸ ਵਕਤ ਤਹਿਰੀਕ ਆਜ਼ਾਦੀ ਕਸ਼ਮੀਰ ਕੇ ਲਈ, ਬਹਰਹਾਲ ਇੱਕ ਨਾ ਇੱਕ ਦਿਨ ਇਹ ਜੋ ਹੈ ਕੁਰਬਾਨੀਆਂ ਰੰਗ ਲਾਏਗੀ, ਔਰ ਜੋ ਮੁੱਦਾ ਮਕਸਦ ਹੈ, ਜੋ ਸੁਪਰੀਮ ਸੈਕਰੀਫਾਈਸ ਜੋ ਲੋਕੋਂ ਨੇ ਦੀ ਹੈ, ਇਸਕਾ ਜੋ ਗੋਲ ਹੈ ਆਜ਼ਾਦੀ ਕਾ ਗੋਲ, ਵੋ ਲੋਕੋਂ ਕੋ ਹਾਸਿਲ ਹੋਗਾ ਇਨਸ਼ਾਅੱਲਾ, ਜ਼ੁਲਮ ਖਤਮ ਹੋਗਾ, ਜੋ ਤਾਕਤ ਹੈ, ਫੌਜੀ ਤਾਕਤ ਹੈ, ਇਸਕੇ ਜ਼ਰੀਏ ਸੇ ਸਤਾਈ ਕੋ, ਸੱਚਾਈ ਕੋ ਦਬਾਈ ਨਹੀਂ ਜਾ ਸਕਤਾ ਹੈ, ਹੱਕ ਛੀਨਾ ਨਹੀਂ ਜਾ ਸਕਤਾ ਹੈ, ਵਕਤੀ ਤੌਰ ਤੋਂ ਮੁਸ਼ਕਿਲ ਹੈ, ਲੇਕਿਨ ਆਖਿਰ ਜੀਤ ਸੱਚਾਈ ਕੀ ਹੋਤੀ ਹੈ, ਹੱਕ ਕੀ ਹੋਤੀ ਹੈ, ਸਦਾਕਤ ਕੀ ਹੋਤੀ ਹੈ, ਔਰ ਜੋ ਲੋਕੋਂ ਕਾ ਹੱਕ ਹੈ, ਚਾਹੇ ਪੰਜਾਬ ਹੋ, ਚਾਹੇ ਕਸ਼ਮੀਰ ਹੋ, ਔਰ ਇਹ ਬਾਤ ਵੀ ਸਹੀ ਹੈ ਕਿ ਹਿੰਦੁਸਤਾਨ ਕੀ ਲੀਡਰਸ਼ਿਪ ਨੇ, ਆਜ਼ਾਨੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਵਾਅਦਾ ਕੀਆ ਹੈ ਸਰਦਾਰੋਂ ਕੇ ਸਾਥ ਵੀ, ਸਿੱਖੋਂ ਕੇ ਸਾਥ ਵੀ, ਔਰ ਕਸ਼ਮੀਰੀਓਂ ਕੇ ਸਾਥ ਵੀ, ਕਿ ਆਪਕੋ ਹੱਕ ਖੁਦ ਇਰਾਦਿਅਤ ਕਾ ਜੋ ਮੌਕਾ ਦਿਆ ਜਾਏਗਾ, ਔਰ ਹਮ ਚਾਹਤੇ ਹੈ ਕਿ ਵੋ ਵਾਅਦਾ ਜੋ ਕੀਏ ਹਿੰਦੁਸਤਾਨੀ ਲੀਡਰਸ਼ਿਪ ਨੇ ਵੋ ਪੂਰਾ ਕਰੇ, ਦੈਟਸ ਆਲ। ਓਕੇ, ਤੁਸੀਂ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ, ਆਪਕਾ ਵੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।